بسم اللہ الرحمن الرحیم السلام علیکم میں ਆਪਣੇ तमाम دوستاں نو ਤੁਹਾਡੇ اپنے یوٹیوب چینل لے ا ট্রাকਟਰ وچ خوش آمدید کہنا ਸਾਡੇ ਚੈਨਲ ਦੇ ਵਿੱਚ ਜੀ ਅੱਜ ট্রাকਟਰ ਹੈ ਜੀ ਐਮ ਐਫ 265 ਸਪੈਸ਼ਲ ਮਾਡਲ 1984 ਫਰਸੇਲ ਅਸੀਂ ਇਸ ਦਾ ਵੀਓ ਕਰ ਰਹੇ ਹਾਂ ਇਹ ਸਾਨੂੰ ਚੁਬਾਰਾ ਤੋਂ ਇੱਕ ਦੋਸਤ ਨੇ ਵਟਸਐਪ ਕੀਤੀ ਹੈ ਜੀ ਇਹ ট্রাকਟਰ ਤੁਸੀਂ ਦੇਖ ਲਓ ਜੀ ਚੁਰਾਸੀ ਮਾਡਲ ਹੈ ਟਾਇਰ ਇਹਦੇ ਰਿਮ ਦੇਖ ਲਓ ਤੁਸੀਂ ਬਾਕੀ ਜਿਹੜਾ ਜੀ ਤੁਸੀਂ ਇਹ ਟਰੱਕ ਦਾ ਸ਼ੋ ਪੇਟਿਸ਼ ਸ਼ੋ ਵਗੈਰਾ ਵੀ ਦੇਖ ਸਕਦੇ ਹੋ ਇਹ ਸਾਨੂੰ WhatsApp ਮਸੂਲ ਹੋਈ ਹੈ ਜੀ ਤਹਿਸੀਲ ਜਬਾਰਾ ਤੋਂ ਸਾਡੇ ਦੋਸਤ ਹੈ ਜੀ ਗੁਲਾਮ ਖਾਨ ਉਹਦੇ ਕੋਲ ਦੇ ਟਰੈਕਟਰ ਹੈ ਜੀ 265 ਸਪੈਸ਼ਲ 84 ਮਾਡਲ ਮਾਲਕ ਦੇ ਬੋਲ ਜੀ ਟਰੈਕਟਰ ਜਿਹੜਾ ਹੈ ਅੱਗੋਂ ਪਿੱਛੋਂ ਵਾਲਾ ᱛੀਏ ਟਰੈਕਟਰ ਦਾ ਜਿਹੜਾ ਇੰਜਨ ਹੈ 14 15 ਨੰਨੇ ਹੈ ਉਹ ਟਾਇਰ ਜਿਹੜੇ ਹੈਗੇ ਆ ਉਹ ਵੀ ਤਕਰੀਬਨ 13 14 ਨੰਨੇ ਰਿਮ ਜਿਹੜੇ ਹੈਗੇ ਟਰੈਕਟਰ ਦੇ ਉਹ ਵੀ ਜੈਨੂਨ ਆ ਮਾਲਕ ਦਾ ਕਹਿਣਾ ਜੀ ਟਰੈਕਟਰ ਜੈਨੂਨ ਦੇ ਕਾਬਲੇ ਦੇ ਵਿੱਚ ਆ ਔਰ ਟਰੈਕਟਰ ਨੂੰ ਜਿਹੜਾ ਨੰਬਰ ਲੱਗਿਆ ਹੋਇਆ ਜੀ ਵਾੜਾ ਪੰਜਾਬ ਦਾ ਨੰਬਰ ਲੱਗਾ ਹੋਇਆ ਉਹ ਟਰੱਕ ਤੇ ਨਾਲ ਤੁਹਾਨੂੰ ਹੁੱਕ ਔਰ ਬੰਪਰ ਨਾਲ ਮਿਲੇਗਾ ਤੇ ਬਾਕੀ ਮਾਲਕ ਦੇ ਬਕੌਲ ਜੀ ਟਰੈਕਟਰ ਦੇ ਉੱਤੇ ਕੋਈ ਖਰਚਾ ਕਰਨ ਦੀ ਜਰੂਰਤ ਨਹੀਂ ਹੈ ਟਰੈਕਟਰ ਵਰਕਿੰਗ ਪੋਜੀਸ਼ਨ ਦੇ ਉੱਤੇ ਟਰਾਲੀ ਤੇ ਚੱਲ ਰਿਹਾ ਔਰ ਇਹ ਮਾਲਕ ਦੇ ਕੋਲ ਹੀ ਮੌਜੂਦ ਹੈ ਟਰੈਕਟਰ ਔਰ ਅਸੀਂ ਮਾਲਕ ਦਾ ਹੀ ਨੰਬਰ ਡਿਸਕ੍ਰਿਪਸ਼ਨ ਤੇ ਦੇ ਰਹੇ ਹਾਂ ਜਿਹੜੇ ਮੇਰੇ ਸੱਜਣ ਬੇਲੀ ਨੇ ਟਰੈਕਟਰ ਲੈਣਾ ਹੋਵੇ ਉਹ ਗੁਲਾਮ ਖਾਨ ਦਾ ਨੰਬਰ ਅਸੀਂ ਦੇ ਰਹੇ ਆਂ ਤੇ ਗੁਲਾਮ ਖਾਨ ਦੇ ਨਾਲ ਰਾਬਤਾ ਕਰਕੇ ਤੁਸੀਂ ਟਰੈਕਟਰ ਲੈ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ 265 ਸਪੈਸ਼ਲ ਦਾ ਮੋਨੋਗ੍ਰਾਮ ਵੀ ਲੱਗਾ ਹੋਇਆ ਬਾਕੀ ਮਾਲਕ ਦਾ ਕਹਿਣਾ ਜੀ ਟਰੈਕਟਰ ਦੀ ਪੋਜੀਸ਼ਨ ਅੱਛੀ ਹੈ ਟਾਇਰ ਨਵੇਂ ਪਾਏ ਹੋਏ ਆ ਇੰਜਨ ਪੰਪ ਵਗੈਰਾ ਜਿਹੜਾ ਹੈ ਉਹ ਵੀ ਅੱਛੀ ਕੰਡੀਸ਼ਨ ਚ ਹੈ ਟਰੈਕਟਰ ਮੋਬਾਈਲ ਵਗੈਰਾ ਨਹੀਂ ਖਾਂਦਾ 14 15 ਨੇ ਤਕਰੀਬਨ ਟਰੈਕਟਰ ਦੇ ਇੰਜਨ ਦੀ ਪੋਜੀਸ਼ਨ ਹੈਗੀ ਹੈ ਅੱਗੋਂ ਪਿੱਛੋਂ ਲੈਤੀ ਦੱਸ ਰਿਹਾ ਜੀ ਤੇ ਇਹ ਬਾਕੀ ਤੁਸੀਂ ਦੇਖ ਲਓ ਦੂਸਰੀ ਸਾਈਡ ਤੋਂ ਟਾਇਰ ਵਗੈਰਾ ਵੀ ਟਾਇਰਾਂ ਦੀ ਪੋਜੀਸ਼ਨ ਤੁਹਾਡੇ ਸਾਹਮਣੇ ਹੈ ਔਰ ਰਿਮ ਵਗੈਰਾ ਵੀ ਤੁਸੀਂ ਦੇਖ ਲਿਆ ਤੇ ਜਿਹੜੇ ਮੇਰੇ ਦੋਸਤ ਨੇ ਟਰੈਕਟਰ ਲੈਣਾ ਹੋਵੇ ਉਹ ਗੁਲਾਮ ਖਾਨ ਦਾ ਸੀ ਰਾਤਾ ਨੰਬਰ ਜਿਹੜਾ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਹੇ ਆਂ ਇਹ ਤੁਸੀਂ ਗੁਲਾਮ ਖਾਨ ਖੁਦ ਦੇਖ ਵੀ ਸਕਦੇ ਹੋ ਇਹ ਮਾਲਕ ਦੇ ਟਰੈਕਟਰ ਦਾ ਤੇ ਇਹਨਾਂ ਦਾ ਅਸੀਂ ਨੰਬਰ ਡਿਸਕ੍ਰਿਪਸ਼ਨ ਦੇ ਦਿੱਤਾ ਤੇ ਤੁਸੀਂ ਉਸ ਨੰਬਰ ਦੇ ਨੂੰ ਮਿਲਾ ਕੇ ਗੁਲਾਮ ਖਾਨ ਦੇ ਨਾਲ ਰਾਬਤਾ ਕਰਕੇ ਇਸ ਟਰੈਕਟਰ ਦੇ ਬਾਰੇ ਮਜੀਦ ਇਨਫਾਰਮੇਸ਼ਨ ਵੀ ਲੈ ਸਕਦੇ ਹੋ ਤੇ ਟਰੈਕਟਰ ਜਿਹੜੇ ਮੇਰੇ ਦੋਸਤ ਨੇ ਲੈਣਾ ਹੋਵੇ ਉਹਨੂੰ ਤਹਿਸੀਲ ਚਬਾਰਾ ਜ਼ਿਲ੍ਹਾ ਲਈਆ ਜਾਣਾ ਹੋਵੇਗਾ ਉੱਥੋਂ ਇਹ ਟਰੈਕਟਰ ਅਵੇਲੇਬਲ ਹੋ ਸਕਦਾ ਹੈ ਤੇ ਮੇਰੇ ਦੋਸਤੋ ਇਹ ਸਾਡੀ ਅੱਜ ਦੀ ਵੀਡੀਓ ਸੀ। ਅਗਰ ਤੁਹਾਨੂੰ ਸਾਡੀ ਇਨਫਾਰਮੇਸ਼ਨ ਅੱਛੀ ਲੱਗੇ ਤਾਂ ਫਿਰ ਇਹਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਤੇ ਫਿਰ ਇਨਸ਼ਾਅੱਲਾਹੁ ਅਜ਼ੀਜ਼ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਫਿਰ ਮਿਲਾਂਗੇ। ਆਪਣਾ ਖਿਆਲ ਰੱਖਣਾ। ਅੱਲਾਹ ਹਾਫਿਜ਼।